ਮੈਨੂੰ ਅੱਜ ਬਹੁਤ ਖੁਸ਼ੀ ਹੋਈ ਆ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਡੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਹਨ ਅੱਜ ਕਪੂਰਥਲੇ ਦੇ ਅੰਦਰ ਉਹ ਲੋਕਾਂ ਦਾ ਪਿਆਰ ਕਬੂਲਣ ਵਾਸਤੇ ਇਸ ਰੈਲੀ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਔਰ ਅੱਜ ਦਾ ਜਿਹੜਾ ਠਾਠਾ ਮਾਰਦਾ ਕਾਸ਼ ਸੀ ਬੇਸ਼ੱਕ ਮੌਸਮ ਬਹੁਤ ਖਰਾਬ ਸੀਗਾ ਤੇ ਲੇਕਿਨ ਉਹਨਾਂ ਨੇ ਅੱਜ ਇਸ ਮੌਸਮ ਦੇ ਖਰਾਬ ਹੋਣ ਦੇ ਬਾਵਜੂਦ ਵੀ ਸਾਡੇ ਸ਼ਹਿਰ ਤੋਂ ਸਾਡੇ ਪਿੰਡਾਂ ਤੋਂ ਸਾਰੇ ਸਾਡੇ ਮੁਹਤਬਰ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨਾਲ ਲੈ ਕੇ ਆਏ ਨੇ ਅੱਜ ਹਲਕਾ ਕਪੂਰਥਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਜੋ ਕਾਨਫਰੰਸ ਹੋਈ ਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਡਿਪਟੀ ਸੀਐਮ ਸਾਹਿਬ ਕਪੂਰਥਲਾ ਡਿਪਟੀ ਸੀਐਮ ਸਾਹਿਬ ਪੰਜਾਬ ਔਰ ਅੱਜ ਦਾ ਜੋ ਠਾਠਾ ਮਾਰਦਾ ਇਕੱਠ ਇਸ ਗੱਲ ਨੂੰ ਸਾਬਤ ਕਰ ਰਿਹਾ ਹੈ ਕਿ ਜਿਹੜੇ ਪਿਛਲੇ 16 ਸਾਲ ਤੋਂ ਕਪੂਰਥਲਾ ਇਲਾਕਾ ਸੰਤਾਪ ਭੋਗ ਰਿਹਾ ਸੀਗਾ ਅੱਜ ਉਹ ਸੰਤਾਪ ਤੋਂ ਜਿਹੜਾ ਛੁਟਕਾਰਾ ਕਪੂਰਥਲਾ ਵਾਸੀਆਂ ਨੂੰ ਮਿਲ ਗਿਆ ਹੈ ਅੱਜ ਦਾ ਜੋ ਠਾਠਾ ਮਾਰਦਾ ਇਕੱਠ ਇਹ ਜਿੱਤ ਦਾ ਜਿਹੜਾ ਜਿੱਤ ਦਾ ਸੰਕੇਤ ਹੈ।